ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਬੀਮਾ ਕੰਪਨੀਆਂ ਦਾ ਤੁਸੀਂ ਦੇਖਦੇ ਹੋ, ਜਦੋਂ ਦਾ ਬੀਮਾ ਕਰਨਾ ਹੁੰਦਾ ਫਿਰ ਤਾਂ ਮਗਰ ਮਗਰ ਇਹਨਾਂ ਦੇ ਏਜੰਟ ਲੇਲੜੀਆਂ ਕੱਢਦੇ ਹੁੰਦੇ ਨੇ ਅਤੇ ਫੋਨ ਕਰ ਕਰਕੇ ਕੰਨ ਖਾ ਜਾਂਦੇ ਨੇ ਬੰਦਿਆਂ ਦੇ। ਪਰ ਜਦੋਂ ਦੇਣ ਦੀ ਵਾਰੀ ਆਉਂਦੀ ਆ ਤਾਂ ਲੋਕ ਅਕਸਰ ਹੀ ਜੇ ਦੇਖਿਆ ਜਾਵੇ ਤਾਂ ਟ੍ਰਿਬਿਊਨਲਾਂ ਦੇ ਕੋਲ ਜਾਂ ਕੋਰਟਾਂ ਦੇ ਵਿੱਚ ਧੱਕੇ ਖਾਂਦੇ ਦੇਖਦੇ ਹਾਂ। ਅੱਜ ਅਜਿਹੀ ਮਾਮਲੇ ਦਾ ਜ਼ਿਕਰ ਕਰੂੰਗਾ ਅਤੇ ਕੋਰਟ ਦਾ ਬਹੁਤ ਵਧੀਆ ਫੈਸਲਾ, ਕਿਉਂਕਿ ਕੋਰਟ ਹੀ ਜ਼ਿਆਦਾਤਰ ਜੇ ਦੇਖਿਆ ਜਾਵੇ ਤਾਂ ਆਮ ਲੋਕਾਂ ਦੇ ਹੱਕ 'ਚ ਭੁਗਤਦੇ ਨੇ, ਕਿਉਂਕਿ ਬੀਮਾ ਕੰਪਨੀਆਂ ਦਾ ਹਾਲ, ਬਹੁਤ ਸਾਰੇ ਹੋਰ ਵੀ ਸੰਸਥਾਨ ਨੇ ਪਰ ਬੀਮਾ ਕੰਪਨੀਆਂ ਦਾ ਹਾਲ ਹੈ ਜਿਹੜਾ, ਉਹ ਆਖਿਰਕਾਰ ਪਤਾ ਨਹੀਂ ਕਿਉਂ ਆਏ ਹੈ ਵੀ ਜਦੋਂ ਅਗਲਾ ਤੁਹਾਨੂੰ ਕਿਸ਼ਤਾਂ ਭਰਦਾ, ਤੁਹਾਡੀ ਕਿਸ਼ਤ ਲੇਟ ਹੋ ਜੇ, ਤੁਸੀਂ ਪੈਨਲਟੀਆਂ ਪਾਉਣ ਤੱਕ ਜਾਂਦੇ ਹੋ, ਕਿਸ਼ਤਾਂ ਭਰੀਆਂ ਕਾਹਦੇ ਵਾਸਤੇ ਸੀ? ਆਖਿਰਕਾਰ ਇਸੇ ਕਰਕੇ ਕਿ ਜੇ ਕੱਲ੍ਹ ਨੂੰ ਦੁੱਖ ਤਕਲੀਫ ਆਊਗੀ ਤਾਂ ਤੁਸੀਂ ਭਾਈ ਉਦੋਂ ਤਾਂ ਬੜੇ ਚੌੜੇ ਹੋ ਕੇ ਕਹਿੰਦੇ ਹੋ ਇੰਨੇ ਲੱਖ ਦਾ ਬੀਮਾ, ਇੰਨੇ ਲੱਖ ਦਾ ਬੀਮਾ, ਤਾਂ ਫਿਰ ਆਖਿਰਕਾਰ ਉਹ ਉਦੋਂ ਬੰਦਾ ਕਿੱਧਰ ਜਾਊਗਾ? ਹੁਣ ਸਕੂਟਰ ਮੋਟਰਸਾਈਕਲਾਂ ਦੇ, ਟਰੱਕਾਂ ਦੇ, ਵਹੀਕਲਾਂ ਦੇ, ਯਾਨੀ ਕਿ ਜੋ ਬੀਮੇ ਹੁੰਦੇ ਨੇ ਉਹ ਹੁੰਦੇ ਕਾਹਦੇ ਵਾਸਤੇ ਨੇਗੇ? ਜ਼ਿਆਦਾਤਰ ਚਲਾਨ ਤੋਂ ਬਚਣ ਵਾਸਤੇ ਹੁੰਦੇ ਨੇ, 'ਚ ਕੋਈ ਦੋ ਰਾਏ ਨਹੀਂ। ਨੰਬਰ 2 'ਤੇ ਗੱਡੀਆਂ ਵਾਲੇ, ਵੱਡੀਆਂ ਗੱਡੀਆਂ ਵਾਲੇ ਇਸ ਕਰਕੇ ਕਰਾਉਂਦੇ ਨੇ ਕਿਉਂਕਿ ਪਤਾ ਹੁੰਦਾ ਵੀ, ਕਿਉਂਕਿ ਕਿੰਨਾ ਹੀ ਕੋਈ ਕਾਬਲ ਡਰਾਈਵਰ ਹੋਵੇ ਕਦੇ ਨਾ ਕਦੇ ਕੋਈ ਨਾ ਕੋਈ ਗਲਤੀ ਕਰ ਬੈਠਦਾ। ਖੈਰ ਹਾਦਸਾ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਅਤੇ ਇਹਨਾਂ ਦੀ ਵੈਸੇ ਤਾਂ ਅਜਿਹੇ ਜੇ ਕਿਹਾ ਜਾਵੇ ਇਹਨਾਂ ਕੰਪਨੀਆਂ ਦੀ ਲੋੜ ਪੈਣੀ ਨਹੀਂ ਚਾਹੀਦੀ, ਪਰ ਫਿਰ ਵੀ ਜਦੋਂ ਪੈਂਦੀ ਆ ਆਖਰ ਭੱਜਦੇ ਨੇ, ਕੋਰਟ ਹੀ ਇਹਨਾਂ ਨੂੰ ਫਿਰ ਜਦੋਂ ਪਿੱਛੋਂ ਫੜਦਾ ਅਤੇ ਵਾਪਸ ਮੋੜ ਕੇ ਲਿਆਉਂਦਾ ਵੀ ਪੈਸੇ ਦਿਓ ਤੁਸੀਂ। ਹੁਣ ਇਹ ਮਾਮਲੇ ਦਾ ਜ਼ਿਕਰ ਮੈਂ ਇਸ ਕਰਕੇ ਕਰ ਰਿਹਾ ਕਿ ਤੁਸੀਂ ਦੇਖੋ ਹਾਲਾਤ ਇਹਨਾਂ ਦੇ, ਇਹਨਾਂ ਲੋਕਾਂ ਦੇ, ਕਿ ਆਖਿਰਕਾਰ ਇੱਕ ਤਾਂ ਬੰਦਾ ਊਂ ਪਰੇਸ਼ਾਨ, ਦੂਜੇ ਪਾਸੇ ਦੇਖਿਆ ਜਾਵੇ ਇਹ ਆਪਦੀ ਲੱਤ ਚੱਕ ਜਾਂਦੇ ਨੇ ਤਾਂ ਫਿਰ ਬੰਦਾ ਜਾਊਗਾ ਕਿੱਥੇ? ਇਹਨਾਂ ਦੇ ਤਕੜੇ ਤਕੜੇ ਵਕੀਲ ਸਾਰੀਆਂ ਨੇ, ਨਹੀਂ ਕਹਿ ਰਿਹਾ ਬੀਮਾ ਕੰਪਨੀਆਂ ਨੂੰ, ਕੁਛ ਸਹੀ ਵੀ ਨੇ ਜਿਹੜੀਆਂ ਟਾਈਮ 'ਤੇ ਦੇ ਦਿੰਦੀਆਂ ਨੇ, ਤਾਂਹੀਓ ਕਰਕੇ ਲੋਕਾਂ ਦਾ ਵਿਸ਼ਵਾਸ ਉਹਨਾਂ 'ਚ ਵੱਧਦਾ। ਹੁਣ LIC ਕਿੱਡੀ ਮਸ਼ਹੂਰ ਹੋਈ ਸੀਗੀ ਇੰਸ਼ੋਰੈਂਸ ਕੰਪਨੀ, ਅਤੇ ਕਿਉਂਕਿ ਉਹਨਾਂ ਦੀ ਸਰਵਿਸ ਵਧੀਆ ਸੀਗੀ। ਅਤੇ ਇਸੇ ਤਰ੍ਹਾਂ ਦੇ ਨਾਲ ਹੁੰਦਾ ਵੀ ਜਦੋਂ ਤੱਕ ਜਿਹੜੀ ਤਾਂ ਵਧੀਆ, ਉਹ ਤਾਂ ਦੇਖੋ ਵਧੀਆ ਕਹੂਗਾ, ਜਿਹੜੀ ਮਾੜੀ ਹੈ ਫਿਰ ਉਹਨੂੰ ਚੰਗਾ ਵੀ ਨਹੀਂ ਕਿਹਾ ਜਾਂਦਾ ਹੈਗਾ, ਜੇ ਸੋਚਦੇ ਹੋਣ ਸਾਰੇ ਵੀ ਸਾਰਿਆਂ ਨੂੰ ਚੰਗਾ ਕਹਿਦੀਆਂ, ਨਹੀਂ ਆਏ ਨਹੀਂ ਹੁੰਦਾ ਕਦੇ ਵੀ। ਹੁਣ ਇਹ ABP ਨਿਊਜ਼ ਨੇ ਖਬਰ ਸਾਂਝੀ ਕਰੀ ਹੈ ਅਤੇ ਇਹਦੇ ਵਿੱਚ ਲਿਖਿਆ ਕਿ ਡਰਾਈਵਿੰਗ ਲਾਇਸੈਂਸ ਐਕਸਪਾਇਰ ਹੋਣ ਤੋਂ ਬਾਅਦ ਵੀ ਸੜਕ ਦੁਰਘਟਨਾ ਦੇ ਵਿੱਚ ਪੀੜਿਤ ਨੂੰ ਮੁਆਵਜ਼ਾ ਦੇਊਗੀ ਇੰਸ਼ੋਰੈਂਸ ਕੰਪਨੀ, ਕੋਰਟ ਨੇ ਕਹੀ ਹੈ ਗੱਲ, ਆਪ ਹੀ ਦੇ ਦਾਂਗੇ। ਕਿੱਡਾ ਕੁ ਫਰਕ ਪੈ ਜਾਂਦਾ, ਇੰਨੇ ਪੈਸੇ ਭਰਦੇ ਹੋ, ਸਾਰੇ ਬੰਦੇ ਨੂੰ ਤਾਂ ਬੀਮਾ ਲੈਣ ਦੀ ਲੋੜ ਵੀ ਨਹੀਂ ਪੈਂਦੀ ਅਤੇ ਨਾ ਹੀ ਕੋਈ ਲੈਂਦਾ। ਹੁਣ ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਹਾਈਕੋਰਟ ਨੇ ਇੱਕ ਇੰਸ਼ੋਰੈਂਸ ਕੰਪਨੀ ਨੂੰ ਇੱਕ ਮਹਿਲਾ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਨੇ, ਚਾਹੇ ਉਸ ਹਾਦਸੇ ਦੇ ਸਮੇਂ। ਇਹ 'ਚ ਜਿਹੜੀ ਵੱਡੀ ਗੱਲ ਹੈ, ਹਾਲਾਂਕਿ ਇਹ ਤਾਂ ਚਲੋ ਮੈਂ ਬੀਮਾ ਕੰਪਨੀ ਇਸ ਕਰਕੇ ਕਿਹਾ ਕਿਉਂਕਿ ਇਹ ਕਰਦੇ ਨੇ ਤੰਗ ਪਰੇਸ਼ਾਨ ਲੋਕਾਂ ਨੂੰ, ਇਹਦੇ ਵਿੱਚ ਜ਼ਿਆਦਾ ਵੱਡੀ ਗੱਲ ਇਹ ਹੈ ਕਿ ਆਖਿਰਕਾਰ ਜੇਕਰ ਇਹ ਕਹਿੰਦੇ ਕਿ ਜਿਹੜਾ ਡਰਾਈਵਰ ਸੀ ਉਹਦਾ ਲਾਇਸੈਂਸ ਐਕਸਪਾਇਰ ਵੀ ਹੋ ਚੁੱਕਿਆ ਤਾਂ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਕਹਿੰਦੇ ਪੈਸੇ ਦਿਓ। ਹੁਣ ਇਹਦੇ ਵਿੱਚ ਇਹ ਲਿਖਦੇ ਨੇ, ਕਹਿੰਦੇ ਚਾਹੇ ਭਲੇ ਹੀ ਹਾਦਸੇ ਦੇ ਸਮੇਂ ਗੱਡੀ ਚਲਾਉਣ ਵਾਲੇ ਦਾ ਡਰਾਈਵਿੰਗ ਲਾਇਸੈਂਸ ਐਕਸਪਾਇਰ ਕਿਉਂ ਨਾ ਹੋਇਆ ਹੋਵੇ, ਕੋਰਟ ਦੇ ਅਨੁਸਾਰ ਇੱਕ ਐਕਸਪਾਇਰ ਲਾਇਸੈਂਸ ਇਹ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਗੱਡੀ ਚਲਾਉਣ ਵਾਲੇ ਵਿਅਕਤੀ ਦੇ ਕੋਲ ਗੱਡੀ ਚਲਾਉਣੀ ਉਹਨੂੰ ਨਹੀਂ ਆਉਂਦੀ ਅਤੇ ਇੱਕ ਉਹ ਸਕਿੱਲਡ ਡਰਾਈਵਰ ਨਹੀਂ ਸੀਗਾ। ਇਹਨਾਂ ਨੇ ਵੀ ਅੱਗੇ ਲਿਖਿਆ ਕਿ ਲਾਈਵ ਲਾਅ ਦੇ ਅਨੁਸਾਰ ਜਸਟਿਸ ਸ਼ਿਵ ਕੁਮਾਰ ਡਿਗੇ ਨੇ ਇਸ 'ਤੇ ਇੱਦੋਂ ਪਹਿਲਾਂ ਦਿੱਤੇ ਗਏ ਮੋਟਰ ਕਲੇਮ ਟ੍ਰਿਬਿਊਨਲ ਦੇ ਹੁਕਮ ਨੂੰ ਰੱਦ ਕੀਤਾ, ਜਾਂ ਕਿ ਟ੍ਰਿਬਿਊਨਲ 'ਚ ਫੈਸਲਾ ਉੱਥੇ ਹੋ ਗਿਆ ਸੀ ਇਹਨਾਂ ਦੇ ਹੱਕ 'ਚ ਬੀਮਾ ਕੰਪਨੀ ਦੇ। ਐਡੇ ਐਡੇ ਵਕੀਲ ਖੜ੍ਹੇ ਕਰ ਦਿੰਦੇ ਨੇ, ਉੱਥੇ ਦੂਜੇ ਮਹੱਤਵਬੰਦੀ ਤਾਂ ਵੈਸੇ ਹਵਾ ਨਿਕਲ ਜਾਂਦੀ ਹੈਗੀ। ਬੀਮਾ ਕੰਪਨੀ ਦਾ ਨੂੰ ਇਸ ਵਜ੍ਹਾ ਦੇ ਨਾਲ ਦੇਣਦਾਰੀ ਮੁਕਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਟਰੱਕ ਡਰਾਈਵਰ ਦਾ ਲਾਇਸੈਂਸ ਐਕਸਪਾਇਰ ਹੋ ਚੁੱਕਿਆ ਸੀਗਾ। ਨਾਲ ਹੀ ਅਦਾਲਤ ਨੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਅੱਗੇ ਤੋਂ ਵੀ ਪੀੜਤਾ ਦੀ ਅਪੀਲ ਕਰਨ ਨੂੰ ਮੂਲ ਅਧਿਕਾਰ ਦੇ ਵਿੱਚ ਬਰਕਰਾਰ ਰੱਖਿਆ। ਕਹਿੰਦੇ ਅੱਗੇ ਵੀ ਕੋਈ ਪੀੜਤ ਹੋਵੇ ਤਾਂ ਉਹ ਆਪਦਾ ਅਧਿਕਾਰ ਰੱਖਦਾ ਇਸ ਚੀਜ਼ ਨੂੰ ਲੈ ਕੇ। ਅਦਾਲਤ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ ਦੇ ਧਾਰਾ 173 ਦੇ ਅਨੁਸਾਰ ਕੋਈ ਵੀ ਵਿਅਕਤੀ ਜੋ ਟ੍ਰਿਬਿਊਨਲ ਦੇ ਫੈਸਲੇ ਤੋਂ ਪੀੜਤ ਹੈ ਅਪੀਲ ਦਾਇਰ ਕਰ ਸਕਦਾ ਕਿਉਂਕਿ ਅਪੀਲ ਕਰਤਾ ਦਾਅਵੇਦਾਰ ਹੈ ਅਤੇ ਇਹ ਉਹਦਾ ਅਧਿਕਾਰ ਹੈ। ਉਹ ਕਹਿੰਦੇ ਟ੍ਰਿਬਿਊਨਲ 'ਚ ਜੇ ਫੈਸਲਾ ਹੋ ਗਿਆ ਅਗਲੇ ਦੇ ਹੱਕ 'ਚ ਤਾਂ ਕੋਈ ਚੱਕਰ ਨਹੀਂ ਹੈਗਾ, ਤੁਸੀਂ ਆਓ ਸਾਡੇ ਕੋਲ, ਹਾਈ ਕੋਰਟ ਦੇ ਵਿੱਚ ਤੁਸੀਂ ਪਹੁੰਚੋ ਅਤੇ ਤੁਹਾਡੀ ਸੁਣਵਾਈ ਹੋਊਗੀ। ਮਾਮਲਾ ਕੀ ਸੀ ਜਿਹਦੇ ਵਾਸਤੇ ਇਹ ਆਖਿਰਕਾਰ ਐਡਾ ਰੌਲਾ ਪਿਆ? ਮਾਮਲਾ 23 ਨਵੰਬਰ 2011 ਦਾ, ਕਹਿੰਦੇ ਜਦੋਂ ਇੱਕ ਜਾਨ ਗਵਾਉਣ ਵਾਲੇ ਮਹਿਲਾ ਆਸ਼ਾ ਬਾਵਿਸਕਰ ਨੇ ਆਪਦੇ ਘਰ ਵਾਲੇ ਦੇ ਨਾਲ ਜਦੋਂ ਸਕੂਟਰ 'ਤੇ ਜਾ ਰਹੀ ਸੀ, ਉਹ ਪਿੱਛੇ ਬੈਠੀ ਸੀ, ਰਸਤੇ ਦੇ ਵਿੱਚ ਇੱਕ ਟਰੱਕ ਉਹਨਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਾ, ਜਿਸ ਵਜ੍ਹਾ ਦੇ ਨਾਲ ਹਾਦਸਾ ਹੋ ਜਾਂਦਾ ਅਤੇ ਹਾਦਸੇ ਦੇ ਵਿੱਚ ਬਾਵਿਸਕਰ ਦੀ ਜਾਨ ਚਲੀ ਜਾਂਦੀ ਹੈ, ਉਹਦੇ ਘਰ ਵਾਲੇ ਦੀ ਯਾਨੀ ਕਿ ਜਾਨ ਚਲੀ ਜਾਂਦੀ ਹੈ। ਜਦੋਂ ਕਲੇਮ ਲੈਣ ਦਾ ਮਾਮਲਾ ਟ੍ਰਿਬਿਊਨਲ ਦੇ ਕੋਲ ਪਹੁੰਚਿਆ ਤਾਂ ਕੰਪਨੀ ਨੂੰ ਰਾਹਤ ਦੇ ਦਿੱਤੀ ਗਈ, ਟਰੱਕ ਮਾਲਕ ਦਾ ਜਿਹੜਾ ਮੁਆਵਜ਼ਾ ਦੇਣ ਦਾ ਨੂੰ ਹੁਕਮ ਦਿੱਤਾ। ਐਂ ਤਾਂ ਕਹਿਤਾ ਉਹਨਾਂ ਨੇ ਕਿ ਟਰੱਕ ਮਾਲਕ ਹੈ ਜਿਹੜਾ ਉਹ ਮੁਆਵਜ਼ਾ ਦੇਵੇ, ਪਰ ਬੀਮਾ ਕੰਪਨੀ ਨੂੰ ਕਹਿਤਾ, ਕਹਿੰਦੇ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਿਉਂਕਿ ਇਹਦਾ ਲਾਇਸੈਂਸ ਐਕਸਪਾਇਰ ਸੀ। ਹੁਣ ਇਹ ਇਹਨਾਂ ਨੂੰ ਪੁੱਛੇ ਪਹਿਲਾਂ ਬੀਮਾ ਕੰਪਨੀਆਂ ਉਦੋਂ ਦੇਖਦੀਆਂ ਨੇ ਕਰਨ ਵੇਲੇ, ਉਹ ਤਾਂ ਲਿਆ ਸਾਈਨ ਮਾਰ ਬਸ ਇੱਕ ਮਿੰਟ ਲਾਉਂਦੇ ਆ, ਜਿਵੇਂ ਲੋਨ ਵਾਲੇ ਕਰਦੇ ਹੁੰਦੇ ਨੇਗੇ, ਭਾਵੇਂ ਲੋਨ ਅਗਲੇ ਕੋਲ ਦੇਣ ਦੀ ਗੁੰਜਾਇਸ਼ ਨਾ ਹੋਵੇ, ਮਾਂ ਦੇ ਪੁੱਤ ਲੋਨ ਉਧਰੋਂ ਦੁੱਗਣਾ ਤਿੱਗਣਾ ਦੇ ਦਿੰਦੇ ਨੇ। ਜਦੋਂ
क्योंकि ट्रक चलाने वाला ड्राइवर का ड्राइविंग लाइसेंस घटना तो 4 महीने पहला एक्सपायर हो चुका है। गलती तो वो भी सी, खैर 4 महीने पहला पतंदरा तू एडी गड्डी चक्की फिरदा है। खैर यानी घटना के समय ट्रक ड्राइवर बिना जिहड़ा लाइसेंस तो गड्डी चला रहा है, यानी कि उसका लाइसेंस एक्सपायर होया थी। जिस तो बाद बिवस्कर दी दे परिवार ने इंश्योरेंस कंपनी के खिलाफ हाईकोर्ट के अपील की, जिते बीमा कंपनी ने तर्क देंदे हुए कहा कि ट्रक मालिक नूं पीड़ित व्यक्ति मानते हुए मोटर व्हीकल एक्ट की धारा 173 के तहत उन्हूं भी अपील करने का अधिकार है। मोटर व्हीकल एक्ट दे विच पीड़ित व्यक्ति शब्द की व्याख्या नहीं है, तो दावेदारां नूं बीमा कंपनी के मुआवजा लैण दे वास्ते पीड़ित व्यक्ति नहीं मन्निया जा सकता। हालांकि अदालत के अनुसार नियमों की उलंघना करने वाले ट्रक का बीमा कंपनी की तरफ तो किया जा चुका सी, जिदे मुआवजा देने का बीमा कंपनी की जिम्मेदारी है। उत्थे ही अदालत ने ट्रक ड्राइवर के लाइसेंस नूं लेके टिप्पणी तक की है कि घटना के समय ट्रक ड्राइवर का लाइसेंस रिन्यू ना होना यह साबित करता है कि ट्रक ड्राइवर एक स्किल्ड ड्राइवर नहीं है। इस दे लई कोर्ट ने बीमा कंपनी नूं मुआवजा देने के हुक्म दिए ने। नाल ही यह भी कहा कि भरपाई ट्रक मालिक तो जिहड़ा भरपाई करन दे भी हुक्म दिए ने। हुण गल इह कि आखिरकार बीमा कंपनियों नूं लैके किन्नी लोक पीड़ित होंदे ने, पर यह लोग नहीं सोचते भी दूजे की दुख तकलीफ की आ। हुण गल इह कि आखिरकार यह बॉम्बे हाई कोर्ट का फैसला है जिहड़ा कि आखिरकार बीमा कंपनी के उल्ट सुनाया, तो नाल ही जिहड़े पीड़ित ने जिन्हां दा घर दा जी तुर गया ਤਾਂ ਉਹਨਾਂ ਨੂੰ ਜੇਕਰ ਤੁਸੀਂ ਪੈਸੇ ਦਿਓਗੇ ਤੁਹਾਨੂੰ ਫਰਕ ਹੀ ਪੈਂਦਾ। ਸਾਰੇ ਲੋਕਾਂ ਦੇ ਬੀਮੇ ਤਾਂ ਕਦੇ ਕੰਮ ਨਹੀਂ ਗਏ ਹੁੰਦੇ ਹੈਗੇ।